ਮੈਂ ਫਲਾਵਰ ਬਣਾ ਰਹੀ ਸਾਂ ਪਰ ਮੈਂ ਮੇਰੀ ਬੇਟੀ ਟਿਊਸ਼ਨ ਗਈ ਹੋਈ ਸੀ ਇਸ ਕਰਕੇ ਮੈਂ ਜ਼ਿਆਦਾ ਕੰਮ ਕਰ ਲਿਆ ਉਹ ਹੁਣੇ ਆਈ ਹੈ ਮੈਂ ਦੋ ਫਲਾਵਰ ਜਿਹੜੇ ਨੇ ਉਹ ਕੰਪਲੀਟ ਨਹੀਂ ਕੀਤੇ ਤਾਂ ਕਿ ਮੈਂ ਤੁਹਾਨੂੰ ਦੱਸ ਸਕਾਂ ਫਲਾਵਰ ਕਿਵੇਂ ਬਣਾਉਣਾ ਮੈਂ ਉਹਦੀ ਵੇਟ ਕਰਦੀ ਰਹੀ ਕਿੰਨੀ ਦੇਰ ਹੋ ਗਈ ਮੈਨੂੰ ਬੈਠੇ ਹੋਏ ਤਾਂ ਉਹ ਟਿਊਸ਼ਨ ਤੋਂ ਆਏਗੀ ਅਤੇ ਮੇਰੀ ਵੀਡੀਓ ਬਣਾਏਗੀ ਉਹਨੂੰ ਆਉਂਦੇ ਮੈਂ ਵੀਡੀਓ ਬਣਾਉਣ ਤੋਂ ਲਗਾ ਦਿੱਤਾ ਪਹਿਲਾਂ ਪੈਨਸਿਲ ਨਾਲ ਡਰੋ ਕਰ ਲਿਓ ਜਾਂ ਚਾਪ ਨਾਲ ਡਰੋ ਕਰ ਲਿਓ ਸੂਟ ਦਾ ਡਿਜ਼ਾਇਨ ਮੈਂ ਬਣਾ ਚੁੱਕੀ ਹਾਂ ਸਲੀਵਸ ਨੇ ਹੁਣ ਜੋ ਕਿ ਮੈਂ ਉੱਪਰ ਤੱਕ ਫਲਾਵਰ ਬਣਾ ਰਹੀ ਹਾਂ ਜੀ ਮੈਂ ਔਰੇਂਜ ਯੈਲੋ ਅਤੇ ਵਾਈਟ ਕਲਰ ਮਿਕਸ ਕੀਤਾ ਜ਼ਰੂਰੀ ਨਹੀਂ ਆਪਾਂ ਇੱਕ ਹੀ ਕਲਰ ਸੇਮ ਹੀ ਸੇਮ ਕਰਨਾ ਦੋਨਾਂ ਹਲਕਾ ਫੁਲਕਾ ਚੇਂਜ ਵੀ ਹੋ ਸਕਦਾ ਕਿਤੇ ਲਾਈਟ ਕਿਤੇ ਡਾਰਕ ਕਿਤੇ ਫਲਾਵਰ ਤਾਂ ਹੀ ਸੋਹਣਾ ਲੱਗਦਾ ਅਗਰ ਆਪਾਂ ਇੱਕ ਹੀ ਕਲਰ ਦਾ ਫਲਾਵਰ ਬਣਾਵਾਂਗੇ ਤਾਂ ਵਧੀਆ ਨਹੀਂ ਲੱਗਦਾ ਲਾਈਟ ਡਾਰਕ ਦਾ ਕੋਂਬੀਨੇਸ਼ਨ ਜਿਹੜਾ ਹਲਕਾ ਜਿਹਾ ਵਾਈਟ ਕਲਰ ਲੈ ਕੇ ਜੋ ਕਿ ਆਪਾਂ ਇਹਦੇ ਸੈਂਟਰ 'ਚ ਹਲਕਾ ਹਲਕਾ ਵਾਈਟ ਮੇਰੀ ਵੀਡੀਓ ਲਾਈਕ ਸਬਸਕ੍ਰਾਈਬ ਮੇਰੇ ਚੈਨਲ ਨੂੰ ਅਗਰ ਮੇਰੀ ਵੀਡੀਓ ਪਸੰਦ ਆਉਂਦੀ ਹੈ ਅੱਗੇ ਵੀ ਸ਼ੇਅਰ ਕਰਨਾ ਇਹਦੇ ਵਿੱਚ ਆਪਾਂ ਵਾਈਟ ਨਹੀਂ ਕੀਤਾ ਫਰੈਂਡਸ ਮੇਰੀ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਮਹਿੰਦੀ ਕਲਰ ਅਤੇ ਡਾਰਕ ਗ੍ਰੀਨ ਕਲਰ ਮਿਕਸ ਕੀਤਾ ਹੈ ਕਾਫੀ ਕੰਮ ਰਹਿੰਦਾ ਹੈ ਬਿਲਕੁਲ ਸਿੰਪਲ ਹਲਕਾ ਹਲਕਾ ਕੋਈ ਉੱਤਰ ਨਹੀਂ ਉੱਤਰ ਨਹੀਂ ਜਿਹਦੇ ਨਾਲ ਥੋੜ੍ਹਾ ਡਿਜ਼ਾਇਨ ਭਰਿਆ ਗਿਆ ਮੈਂ ਕੋਈ ਛੋਟਾ ਕੋਈ ਵੱਡਾ Thank you.
ਥੋੜਾ ਜਿਹਾ ਯੈਲੋ ਕਲਰ ਨੂੰ ਅਸੀਂ ਲਵਾਉਂਦੇ ਜਿਹਦੇ ਨਾਲ ਦੇ ਵਿੱਚ ਹਲਕੇ ਹਲਕੇ ਥੋੜਾ ਲੱਗ ਜਾਂਦਾ ਜਿਹਦੇ ਨਾਲ ਰਿਜਨਾ ਲੱਗੇ ਜਾਂਦੇ ਜ਼ਿਆਦਾ ਤਾਂ ਨਹੀਂ ਪੂਰਾ ਰਿਜਨਾ ਤਾਂ ਨਹੀਂ ਤਾਂ ਹਲਕਾ ਥੋੜਾ ਜਿਹਾ ਹੁਣ ਗਾਈਸ ਅਸੀਂ ਸ਼ੇਡ ਕਰਾਂਗੇ ਫ੍ਰੈਂਡਸ ਮੈਂ ਰੈੱਡ ਕਲਰ ਲਿਆ ਜਿਹਦੇ ਨਾਲ ਅਸੀਂ ਪਤਲੀ ਪਤਲੀ ਸ਼ੇਡਿੰਗ ਲਵਾਂਗੇ ਔਰੇਂਜ ਕਲਰ ਦੇ ਨਾਲ ਬਹੁਤ ਜ਼ਿਆਦਾ ਨਹੀਂ ਸ਼ੇਡ ਕਰਾਂਗੇ ਹਲਕੀ ਹਲਕੀ ਫ੍ਰੈਂਡਸ ਹੁਣ ਅਸੀਂ ਇੱਥੇ ਛੋਟੇ ਛੋਟੇ ਵਾਈਟ ਕਲਰ ਥੋੜ੍ਹਾ ਜਿਹਾ ਲੁੱਕ ਅੱਛਾ ਦੇਣ ਵਾਸਤੇ ਜ਼ਿਆਦਾ ਨਹੀਂ ਬਣਾਉਂਗੀ ਓਕੇ ਫ੍ਰੈਂਡਸ ਇਹ ਦੇਖ ਸਕਦੇ ਹੋ ਤੁਸੀਂ ਮੈਂ ਤੁਹਾਨੂੰ ਸੂਟ ਵੀ ਦਿਖਾ ਦਿੰਦੀ ਹਾਂ ਆਪਾਂ ਡਰੈਸ ਲਿਕਸ ਕੰਪਲੀਟ ਹੋ ਚੁੱਕੀ ਇਹ ਸੂਟ ਦੇ ਡਿਜ਼ਾਇਨ ਹੈ ਇੱਦਾਂ ਹੀ ਆਪਾਂ ਦੁਪੱਟੇ ਦੇ ਵੀ ਡਿਜ਼ਾਇਨ ਬਣਾਉਣਾ ਹੈ ਫਿਰ ਮੈਂ ਉਹਦੀ ਵੀ ਪਿੱਕ ਤੁਹਾਨੂੰ ਸੈਂਡ ਕਰਾਂਗੀ ਓਕੇ ਗਾਈਸ ਬਾਏ ਥੈਂਕ ਯੂ